ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਆ? ਹੁਣੇ ਉੱਠੇ ਆ ਆਪਾਂ, ਮੈਨੂੰ ਲੱਗਦਾ ਪਹਿਲੀ ਵਾਰੀ ਹੋ ਰਹੇ ਆ ਨਾ। ਓਏ ਸਤਿ ਸ਼੍ਰੀ ਅਕਾਲ, ਤੂੰ ਤਾਂ ਇਹਨੂੰ ਮੌਕੇ ਤੇ ਹੀ ਆਇਆ। ਸਤਿ ਸ਼੍ਰੀ ਅਕਾਲ ਬਣਾਉਣ ਦਾ ਵੀਡੀਓ ਸ਼ੁਰੂ ਕਰੇਗੀ। ਸਤਿ ਸ਼੍ਰੀ ਅਕਾਲ, ਅੱਜ ਇਹਨਾਂ ਦੇ ਰੌਣਕਾਂ ਲੱਗੀਆਂ ਹੋਈਆਂ ਪੂਰੇ। ਅੱਜ ਤੁਹਾਨੂੰ ਮਾਹੌਲ ਦਿਖਾਉਂਦੇ ਹਾਂ ਉਰੇ ਘਰੇ। ਆ ਜਾਓ, ਲੈ ਵੀਡੀਓ ਬਣਾਵਾਂ ਤੁਹਾਡੀ। ਸੁਣਾਓ, ਡਰਦਾ ਸੀ। ਅੱਛਾ, ਦਸ ਰੁਪਏ ਦੀ ਖੁਸ਼ੀ ਚ ਆਵਾਜ਼ ਠੀਕ ਹੈ ਬਣ ਗਈ। ਪਾਣੀ ਕਰ ਦਿਓ ਸੀ। ਹੁਣ ਬਾਹਰ ਲਾਈਟਾਂ ਲੱਗ ਰਹੀਆਂ ਨੇ ਸਾਰੇ ਘਰ ਨੂੰ, ਨਾਲੇ ਤੁਹਾਨੂੰ ਹਲਕਾ ਜਿਹਾ ਟੂਰ ਵੀ ਦੇ ਦਿੰਦੇ ਘਰ ਦਾ। ਭੂਆ ਹੋਰੀ ਉੱਤੇ ਸੂਟ ਜੋੜਨ ਲੱਗੇ ਹੋਏ ਨੇ। ਹੁਣ ਵੈਸੇ ਹਾਊਸ ਟੂਰ ਵਾਲਾ ਉਹ ਤਾਂ ਹੈ ਨਹੀਂ ਸਿਸਟਮ, ਕਿਉਂਕਿ ਸਾਰੇ ਘਰ 'ਚ ਗਾਹ ਪਿਆ ਹੋਇਆ, ਹਿਲਾ ਰੱਖਿਆ ਸਾਰਾ ਸਿਸਟਮ ਆ। ਭੂਆ ਹੋਰਾਂ ਦੀ ਕਿਚਨ ਆ, ਇੱਧਰ ਡਰਾਇੰਗ ਰੂਮ ਆ। ਇੱਥੇ ਰਾਤੀ ਸਾਰੇ ਤੇ ਇੱਥੇ ਗੱਦੇ ਸਿੱਟੇ ਹੋਏ ਸੀ, ਅਸੀਂ ਮੁੰਡੇ ਸਾਰੇ ਇੱਧਰ ਪਏ ਸੀ ਅਤੇ ਉੱਧਰ ਭੂਆ ਹੋਰੀ ਸੂਟ ਜੋੜਨ ਲੱਗੀਆਂ ਹੋਈਆਂ ਨੇ ਉਹ ਵਾਲੇ ਰੂਮ 'ਚ, ਅਤੇ ਇੱਕ ਆਹ ਰੂਮ ਹੈ, ਇੱਧਰ ਭੂਆ ਹੋਰੀ ਸੂਟ ਜੋੜਨ ਲੱਗੀਆਂ ਹੋਈਆਂ ਨੇ। ਹਾਂ, ਨਾਂ ਲਿਖ ਕੇ ਬੜਾ ਸੌਖਾ ਰਹਿੰਦਾ ਨਾ। ਬਹੁਤ ਸੌਖਾ ਰਹਿੰਦਾ ਜੀ, ਇੱਕ ਦੇ ਨਾਲ ਲੱਗ ਜਾਂਦੇ। ਅੱਛਾ, ਬੈਗ ਹੈ ਮਨਦੀਪ ਦਾ, ਮਨਦੀਪ ਦਾ ਝੋਲਾ। ਇਹਦੇ ਜੋੜਾ ਕਿੱਥੇ ਗਿਆ? ਇੱਕ ਉਧਰ ਹੀ ਲਾ ਗਿਆ ਉਹਨਾਂ ਮਾਰੀ ਚ। ਬਾਕੀ ਉਹ ਮਨਦੀਪ ਉੱਪਰ ਥੱਲੇ ਜਾ ਜਾ। ਅੱਛਾ, ਬੈੱਡ ਅੰਦਰੋਂ ਕੱਢੇ ਨੇ ਬਾਹਰ। ਅੱਛਾ, ਮਿਠਾਈ ਆ ਲਫਾਫੇ ਚ ਵੀ ਕੱਪੜੇ ਨੇ ਫੇਰ ਵੀ ਇੰਨੇ ਹੋ ਗਏ। ਕੁੜੀਆਂ
घरे दोबारा नहीं पुछे देख ला बेबे कि खराब है चल खवा लिया नंबर से सारा कुछ मिलता है पहला कपड़े ना लिया करे यार कुछ खवा दो यार भूख लगी हुई है ਹੁਣ ਇੱਥੇ ਆ ਫੁਲਕਾਰੀ ਲਾਉਣ ਦਾ ਪੂਰਾ ਪ੍ਰੋਜੈਕਟ ਬਣਿਆ ਹੋਇਆ ਇਸ ਟਾਈਮ ਸਮਝ ਨਹੀਂ ਆ ਰਹੀ ਕਿਵੇਂ ਸੈਟਿੰਗ ਲਾਈ ਕਰੀਏ ਜੀ